बिस्मिल्लाहिर्रहमानिर्रहीम। हाँ जी, तो सुबह का टाइम आ बच्चे नमाज़ पढ़ रहे ने, कुरान पाक की तिलावत कर रहे ने। मैं नमाज़ पढ़ के तो हूँ मैं उन्हीं दे नाश्ता बनाउनी आ, पढ़ लैन शान अली वजू कर लगा। ਕਿਉਂਕਿ ਮੈਂ ਬਣਾ ਰਹੀ ਹਾਂ ਦਹੀਂ ਦੀ ਲੱਸੀ। ਡੋਲ ਵਿੱਚ ਦਹੀਂ ਪਾਇਆ, ਵਿੱਚ ਪਾਈਆ ਦੁੱਧ ਦਾ ਪਾਇਆ, ਇੱਥੇ ਵਿੱਚ ਬਰਫ਼ ਪਾਈ, ਚੀਨੀ ਪਾਈ ਆ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ। ਹਾਂਜੀ, ਬਰਫ਼ ਥੋੜ੍ਹੀ ਜਿਹੀ ਬਰਫ਼ ਹੋਰ ਪਾ ਦਿੱਤੀ ਥੋੜ੍ਹੀ ਜਿਹੀ, ਹੈ ਨਾ। ਵਿੱਚ ਥੋੜ੍ਹਾ ਜਿਹਾ ਪਾਣੀ ਪਾਉਣਾ ਹੈ ਨਾ, ਪਾਣੀ ਵੀ ਪਾਈਦਾ। ਲੱਸੀ ਹੋ ਗਈ ਤਿਆਰ। ਹਾਂਜੀ, ਪਾਪਾ ਨੂੰ ਤੇ ਨਾਲੇ ਫਰਹਾਨ ਅਲੀ, ਹੈ ਨਾ। ਸਭ ਤੋਂ ਪਹਿਲੇ ਫਰਹਾਨ ਅਲੀ ਨੂੰ ਪਾਪਾ ਪੱਠੇ ਵਰਦੇ ਪਏ ਨੇ, ਉਹਨਾਂ ਨੂੰ ਦੇ ਕੇ ਆਉਂਦੀ ਹਾਂ। ਸੁਬਹਾ ਸੁਬਹਾ ਨਾ ਗਰਮੀਆਂ ਅਤੇ ਰੋਟੀ ਨਹੀਂ ਖਾਂਦੇ ਸੁਬਹਾ ਸੁਬਹਾ, ਅਤੇ ਫਿਰ ਮੈਂ ਇਸ ਤਰ੍ਹਾਂ ਲੱਸੀ ਬਣਾ ਲੈਂਦੀ ਹੁੰਦੀ ਹਾਂ, ਅਤੇ ਹੁਣ ਲੱਸੀ ਪਿਲਾ ਕੇ ਅਤੇ ਫਿਰ ਮੈਂ ਲਾਊਂਗੀ ਝਾੜੂ, ਅਤੇ ਫਿਰ ਬਾਅਦ 'ਚ ਰੋਟੀ ਬਣਾਉਂਗੀ। ਕਬੂਤਰ ਆਏ, ਕਈ ਕਈ ਵਾਰੀ ਇੱਕੋ ਲੱਗ ਰੋਟੀ ਖਲੋ ਜਾਂਦੇ। ਤੁਹਾਡੀ ਲੱਸੀ ਆ ਗਈ ਸੁਬਹ ਠੰਡੀ ਠੰਡੀ ਕਰਕੇ, ਵਿੱਚ ਬਰਫ਼ ਪਾ ਕੇ ਪੀਏ ਤਾਂ ਮਜ਼ਾ ਹੀ ਆ ਜਾਂਦਾ। ਕਿੰਨੇ ਸੋਹਣਿਆ ਫੂਲ ਵੀ ਨਿਕਲੇ ਪਏ ਆ ਸਾਰੇ, ਜਾਮ ਨਹੀਂ ਕਲਰ ਦੇ ਹੋਰ ਟਾਕ। ਸਾਲ ਤੇ ਆ ਜਿਹੜਾ ਅੰਬ ਵਾਲਾ ਬੂਟਾ ਨੀ, ਆ ਜਿਹੜਾ ਵੱਡਾ, ਆ ਇਹਦੇ ਉੱਤੇ ਵੀ ਅੰਬ ਲੱਗੇ ਆ। ਹਾਂਜੀ, ਕੱਲ ਮੈਂ ਦੇਖ ਕੇ ਸਾਨੂੰ ਵੀ ਇੰਨੇ ਸੋਹਣੇ ਆ, ਕਿੰਨੇ ਦਾਣੇ ਲੱਗੇ, ਖੇਤੀ ਵੀ ਹੋ ਜਾਣੀ, ਖੇਤੀ ਹੋ ਜਾਣੀ। ਇਹਦਾ ਐਤਕੀ ਦੇਖਾਂਗੇ ਇਹਦੇ ਅੰਬ ਕਿੱਦਾਂ ਦੇ ਆ। ਉਹਦੇ ਨਾਲ ਦੇ ਵੱਡੇ ਨਾਲ ਦੇ ਵੱਡੇ ਦੇ ਨਾਲ ਦੇ, ਇਹ ਮੇਰੇ ਖਿਆਲ ਨਾਲ ਕਿ ਥੋੜੇ ਛੋਟੇ ਖਿਲਣਗੇ ਤੇ ਅਗਲੀ ਵਾਰੀ ਫੇਰ ਨਹੀਂ, ਇੱਦਾਂ ਤਾਂ ਲੰਬੇ ਦਾਣਾ ਉੱਡ ਹੀ ਹੋਣਾ। ਆ ਜੀ, ਆ ਜੀ ਤਸ਼ਰੀਫ ਲੈ ਆਓ ਇੱਧਰ। ਮੈਂ ਕਿਹਾ ਸੀ ਫਿਰ ਮੈਂ ਆਉਂਦੀ। ਹਾਂਜੀ, ਤੇ ਅਸੀਂ ਆਏ ਛੱਤ ਤੇ, ਸਭ ਤੋਂ ਪਹਿਲੇ ਤੇ ਪਲੇਟਾਂ ਸਾਫ਼ ਕਰਦੇ ਹਾਂ ਨਾ, ਤੇ ਫਿਰ ਸੋਲਰ ਚਲਾਵਾਂਗੇ। ਇੱਧਰ ਦੇਖੋ ਕਿੱਦਾਂ, ਦੇਖੋ ਪਤਾ ਨਹੀਂ ਕਿੱਥੋਂ ਇੰਨੀ ਗਰਤ ਆ ਜਾਂਦੀ ਹੈ ਨਾ, ਪੈ ਜਾਂਦੀ ਹੈ ਤੇ ਹੁਣ
ਡੇਲੀ ਫਰਾਂਦੇ ਪਾਪਾ ਸੁਬਹਾ ਸੁਬਹਾ ਪਹਿਲੇ ਸਾਫ਼ ਕਰਕੇ ਅਤੇ ਫਿਰ ਜਾ ਕੇ ਚਲਾਉਂਦੇ ਆ, ਅਤੇ ਹੁਣ ਫਿਰ ਕੱਟਾ ਪਿਆ ਹੋਇਆ ਹੁਣ ਇਹਨਾਂ ਨੂੰ ਇੱਕ ਦਫ਼ਾ ਇੱਥੇ ਕੱਪੜਾ ਸਪੈਸ਼ਲ ਰੱਖਿਆ ਹੋਇਆ ਇਹਨੇ ਸਾਫ਼ ਕਰਨ ਵਾਸਤੇ, ਰੱਖਦੇ ਹਾਂ ਅਤੇ ਸਾਫ਼ ਕਰਦੇ ਹਾਂ। ਇਹਦੇ ਮਾੜੀ ਇੱਕ ਪਾਣੀ ਰੱਖ ਲਾਂਗੇ ਅਤੇ ਉਹਦੇ ਨਾਲ ਕੱਪੜਾ ਗਿੱਲਾ ਕਰਕੇ ਅਤੇ ਉਹ ਮਾਰੀ ਜਾਵਾਂਗੇ। ਨਹੀਂ ਸੁਣੋ, ਇਹ ਕੱਟਾ ਪਿਆ ਹੋਵੇ ਨਾ ਫਿਰ ਪਾਣੀ ਵਾਲਾ ਮਾਰੀਏ, ਫਿਰ ਕੱਟਾ ਉੱਤੇ ਉੱਤੇ ਜਾਂਦਾ ਹੁੰਦਾ, ਪਹਿਲੇ ਇਸ ਤਰ੍ਹਾਂ ਸਾਫ਼ ਕਰਦੇ ਹਾਂ ਨਾ। ਕਾਲੀਆਂ ਛਾਹ ਪਲੇਟਾਂ ਸੀ ਅਤੇ ਮਿੱਟੀ ਦੇ ਨਾਲ ਸਾਰੀਆਂ ਚਿੱਟੀਆਂ ਹੋ ਗਈਆਂ। ਪਲੇਟਾਂ ਇੰਨੀਆਂ ਵੱਡੀਆਂ ਵੱਡੀਆਂ ਵਾ, ਇਹਨਾਂ ਨੂੰ ਸਾਫ਼ ਹੀ ਕਰਨਾ ਮੁਸ਼ਕਿਲ ਹੁੰਦਾ। ਇਹ ਸਾਰੀਆਂ ਪਲੇਟਾਂ ਇੱਦਾਂ ਦੀਆਂ ਸੀ ਅਤੇ ਹੁਣ ਫਿਰ ਮੰਮਾ ਨੇ ਸਾਫ਼ ਕਰਕੇ ਅਤੇ ਇੱਦਾਂ ਦੀਆਂ ਕਰ ਦਿੱਤੀਆਂ, ਉਹ ਪਰਲੀ ਸਾਈਡ ਤੋਂ ਵੀ ਸਾਰੀਆਂ ਸਾਫ਼ ਕਰ ਦਿੱਤੀਆਂ, ਬਸ ਆਹੀ ਇੱਕ ਰਹਿ ਗਈ। ਅੱਜ ਡੇਲੀ ਸਾਫ਼ ਕਰੀ ਦੀਆਂ ਅਤੇ ਫਿਰ ਵੀ ਬਰੀਕ ਗਰਦ ਜਿਹੀ ਪੈ ਜਾਂਦੀ ਆ, ਹਲਕੀ ਜਿਹੀ ਹਵਾ ਆਵੇ ਨਾ ਅਤੇ ਉਹ ਮਾੜੀ ਮਾੜੀ ਵੀ ਪੈ ਜਾਂਦੀ ਉੱਤੇ। ਮੈਂ ਕਿਹਾ ਚਲੋ ਚਲਾਉਣ ਲੱਗੇ ਸਰ ਸੋਲਰ, ਮੈਂ ਕਿਹਾ ਇੱਕ ਦਫ਼ਾ ਨਾ ਸਾਫ਼ ਕਰ ਦਈਏ ਅਤੇ ਫਿਰ ਚਲੋ ਸਾਰਾ ਦਿਨ। ਬਾਰਿਸ਼ ਆਵੇ ਫਿਰ ਬਹੁਤ ਧੁੱਪ ਜਾਂਦੀ ਆ। ਇੱਕ ਵਾਰੀ ਸਾਫ਼ ਕਰੀਏ ਤੇ ਫਿਰ ਦੁਬਾਰਾ ਕੱਟਾ ਉੱਡ ਕੇ ਤੇ ਉੱਥੇ ਹੀ ਪੈ ਜਾਂਦਾ। ਚਲੋ ਹਾਂ ਚੱਲੀਏ ਥੱਲੇ ਜਾ ਕੇ ਕੰਮ ਕਰੀਏ, ਫਿਰ ਗਰਮੀ ਹੋ ਜਾਣੀ ਆ ਧੁੱਪ ਗਿਆ। ਹੁਣ ਤੇ ਬਹੁਤ ਸਾਰੀ ਸਾਫ਼ ਕਰਨੀ, ਪਰੇ ਕਰਕੇ ਝਾੜ ਦੇਣ ਸਹੀ ਹੋ ਗਿਆ, ਫਿਰ ਹਾਂ ਨਾ ਬਾਹਰ ਨਿਕਲ ਗਿਆ। ਚਲੋ ਹੁਣ ਚੱਲੀਏ, ਲੋ ਜੀ ਮੁਰਗੀਆਂ ਨੂੰ ਵੀ ਨਾਸ਼ਤਾ ਕਰਾ ਦਈਏ ਪਹਿਲੇ, ਇਹਨਾਂ ਦਾ ਵੀ ਬ੍ਰੇਕਫਾਸਟ ਹੋਣ ਲੱਗਾ। ਪਾਉਂਦੇ ਜਾ ਨਿੱਕਿਆਂ ਨੂੰ ਤੇ ਬਸ ਉੱਤੇ ਹੀ ਛਾਲਾ ਮਾਰ ਦਿੰਦੇ। ਇਹਨੇ ਦੰਦੀ ਵੱਢ ਲਈ ਮਾਈ ਉਂਗਲੀ 'ਚ, ਮੈਂ ਉਂਗਲੀ ਕਰਕੇ ਬੈਠਿਆ ਸੀ ਤੇ ਇਹਨੇ ਦੰਦੀ ਵੱਢ ਲਈ।
ਇਹਨਾਂ ਹੁਣ ਵੇਖੀ ਆ ਮਾਸ਼ਾਅੱਲਾ ਸਾਰੇ ਖਾ ਜਾਣੇ ਤੇ ਕੱਲ ਇਹਨਾਂ ਨੂੰ ਵੱਡਿਆਂ ਨੂੰ ਪਾਏ ਤੇ ਇਹਨਾਂ ਨੂੰ ਵੀ ਪਾ ਦੋ ਪਾਈ ਦੀ ਦੇਖਦੇ ਆ ਵੀ ਸਾਨੂੰ ਦੇ ਫਿਰ ਮੈਂ ਇੱਕ ਵਾਰੀ ਦਾਣੇ ਖਾ ਲੈਣ ਫਿਰ ਇਹਨਾਂ ਨੂੰ ਮੈਂ ਇੱਥੇ ਝਾੜੂ ਲਾ ਕੇ ਤੇ ਫਿਰ ਇਹਨਾਂ ਨੂੰ ਬਾਅਦ 'ਚ ਸਫਾਈ ਕਰਦੀ ਹਾਂ ਗੁੱਡੇ ਦੀ ਇਹਨੇ ਗਿੱਲਾ ਕੀਤਾ ਇਸ ਢੱਕਣ ਹੁਣ ਇੱਥੇ ਪਾਉਂਦੇ ਹਾਂ ਤੁਸੀਂ ਖਾਓ ਤੁਹਾਡਾ ਇੱਥੇ ਟਾਈਮ ਸਹੀ ਆ ਖਾਲੋ 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 ਕੁਛ ਨਹੀਂ ਕਹਿੰਦੇ ਜਾਣਾ ਇਹ ਆਪਣਾ ਬ੍ਰੇਕਫਾਸਟ ਕਰੇ ਉਹਦੀਆਂ ਮੁਰਗੀਆਂ ਖਾਣੇ ਦੀਆਂ ਆ ਦੋਨੇ ਪਾਰਟੀਆਂ ਫੁੱਲ ਸਪੀਡ 'ਚ ਲੱਗੀਆਂ ਹੀ ਪਈਆਂ ਵਾ ਉੱਤੇ ਵਾਲੀਆਂ ਨਹੀਂ ਖਾਂਦੀਆਂ ਇਹਨਾਂ ਨੂੰ ਪਤਾ ਨਹੀਂ ਕੀ ਉਹ ਵੇਖ ਲਾ ਮਾਸ਼ਾਅੱਲਾ ਖੁਸ਼ ਹੋ ਕੇ ਖਾਂਦੇ ਛੋਟੇ ਹੁਣ ਇਹਨਾਂ ਨੂੰ ਮੈਂ ਬਰਤਨ ਧੋ ਕੇ ਪਾਣੀ ਰੱਖਦੀ ਹਾਂ ਅਤੇ ਫਿਰ ਬਾਅਦ 'ਚ ਦਾਣੇ ਖਾ ਲੈਣਗੇ ਫਿਰ ਇਹਨਾਂ ਨੂੰ ਸਫਾਈ ਕਰਾਂਗੇ ਫਟਾਫਟ ਘਰ ਦੇ ਕੰਮ ਨਿਮਟਾਏ ਆ ਰੋਟੀ ਬਣਾਈ ਸੀ ਰੋਟੀ ਖਾ ਕੇ ਅਤੇ ਹੁਣ ਅਸੀਂ ਆ ਗਏ ਕਮਰੇ 'ਚ ਕੂਲਰ 'ਚ ਪਾਣੀ ਪਾਇਆ ਅਤੇ ਕੂਲਰ ਚਲਾਇਆ ਬਾਹਰ ਚੈੱਕ ਕਰੋ ਹਵਾ ਚੱਲਦੀ ਆ ਲੇਕਿਨ ਗਰਮ ਹਵਾ ਜਿਸ ਤਰ੍ਹਾਂ ਅੱਗ ਜਲਦੀ ਹੁੰਦੀ ਆ ਅਤੇ ਇੱਥੇ ਸ਼ੁਕਰ ਆ ਕੇ ਕਮਰੇ 'ਚ ਆ ਗਏ ਅਤੇ ਕਮਰੇ 'ਚ ਆਉਣ ਕੂਲਰ ਲੱਗਾ ਹੁੰਦਾ ਹੈ ਬੰਦ ਹੁੰਦਾ ਨਾ ਜਗ੍ਹਾ ਅਤੇ ਫਿਰ ਠੰਡੀ ਹੋ ਜਾਂਦੀ ਆ ਹੁਣ ਆਰਾਮ ਕਰਦੇ ਹਾਂ ਵੀਡੀਓ ਤੋਂ ਇੱਥੇ ਐਂਡ ਕਰਦੇ ਪਸੰਦ ਆਵੇ ਸ਼ੇਅਰ ਕਰੋ ਲਾਈਕ ਕਰੋ ਰੱਬ ਸੋਹਣੇ ਦੇ ਭਾਲੇ ਰੱਬ ਰੱਖਣ ਦਾ ਹੱਕੀ